ਵੱਡੀ ਖਬਰ ਜਲੰਧਰ ਤੋਂ। ਜਲੰਧਰ ਦੇ ਵਿੱਚ 44 ਮਾਮਲੇ ਹੋਰ ਕਰੋਨਾ ਪੋਜ਼ਿਟਿਵ ਜਿਹੜੇ ਉਹ ਪਾਏ ਗਏ ਨੇ ਤੇ ਹੁਣ ਜਲੰਧਰ ਵਿੱਚ ਕਰੋਨਾ ਪੋਜ਼ਿਟਿਵ ਮਾਮਲਿਆਂ ਦੀ ਗਿਣਤੀ ਜਿਹੜੀ ਹੈ ਉਹ 600 ਦੇ ਕਰੀਬ ਪਹੁੰਚ ਗਈ ਹੈ। ਵੱਡੇ ਸਵਾਲ ਪ੍ਰਸ਼ਾਸਨ ਦੇ ਉੱਤੇ ਖੜੇ ਹੋ ਰਹੇ ਨੇ, ਸਿਹਤ ਮਹਿਕਮੇ ਦੇ ਉੱਤੇ ਖੜੇ ਹੋ ਰਹੇ ਨੇ। ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ, ਪੰਜਾਬ ਦੇ ਅੰਦਰ ਵੀ ਕਰੋਨਾ ਪੋਜ਼ਿਟਿਵ ਮਾਮਲਿਆਂ ਦੀ ਜਿਹੜੀ ਗਿਣਤੀ ਉਹ ਲਗਾਤਾਰ ਵੱਧਦੀ ਜਾ ਰਹੀ ਹੈ। 4000 ਤੋਂ ਵੱਧ ਮਾਮਲੇ ਜਿਹੜੇ ਨੇ ਹੁਣ ਤੱਕ ਦਰਜ ਕੀਤੇ ਗਏ ਨੇ ਪੂਰੇ ਪੰਜਾਬ ਅੰਦਰ, ਯਾਨੀ ਸੂਬੇ ਅੰਦਰ। ਹੁਣ ਤੱਕ 100 ਦੇ ਕਰੀਬ ਜਿਹੜੀਆਂ ਮੌਤਾਂ ਨੇ ਉਹ ਵੀ ਹੋ ਚੁੱਕੀਆਂ ਨੇ। ਅੱਜ 100ਵੀਂ ਮੌਤ ਜਿਹੜੀ ਉਹ ਲੁਧਿਆਣਾ ਦੇ ਵਿੱਚ ਇਸ ਨਾਮੁਰਾਦ ਬਿਮਾਰੀ ਦੇ ਨਾਲ ਹੋਈ ਹੈ। ਜੇਕਰ ਗੱਲ ਕੀਤੀ ਜਾਵੇ ਜਲੰਧਰ ਦੇ ਵਿੱਚ ਐਕਟਿਵ ਮਾਮਲਿਆਂ ਦੀ ਤਾਂ 250 ਤੋਂ ਵੱਧ ਐਕਟਿਵ ਮਾਮਲੇ ਜਿਹੜੇ ਨੇ ਉਹ ਸਿਰਫ ਜਲੰਧਰ ਦੇ ਵਿੱਚ ਨੇ। ਅੰਮ੍ਰਿਤਸਰ ਤੋਂ ਬਾਅਦ ਜਲੰਧਰ ਦੂਜਾ ਸਥਾਨ ਹੈ ਜਲੰਧਰ ਦਾ ਕਰੋਨਾ ਪੋਜ਼ਿਟਿਵ ਮਾਮਲਿਆਂ ਦੀ ਜੇਕਰ ਗਿਣਤੀ ਦੀ ਗੱਲ ਕੀਤੀ ਜਾਵੇ। ਜੇਕਰ ਗੱਲ ਕੀਤੀ ਜਾਵੇ ਹੁਣ ਤੱਕ ਰਿਕਵਰ ਹੋਏ ਕੇਸਾਂ ਦੀ, ਤਾਂ ਹੁਣ ਤੱਕ ਇਸ ਕਰੋਨਾ ਦੀ ਬਿਮਾਰੀ ਦੇ ਨਾਲ ਗ੍ਰਸਤ ਹੋਣ ਤੋਂ ਬਾਅਦ 2700 ਦੇ ਕਰੀਬ ਲੋਕ ਜਿਹੜੇ ਨੇ ਉਹ ਠੀਕ ਹੋ ਕੇ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਨੇ, ਜਦਕਿ 1300 ਤੋਂ ਵੱਧ ਐਕਟਿਵ ਮਾਮਲੇ ਜਿਹੜੇ ਨੇ ਉਹ ਪੂਰੇ ਸੂਬੇ ਅੰਦਰ ਨੇ।